ਬਾਈ ਜੀ ਸਾਰੇ ਵੀਰਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਆਰਮੀ ਦਾ ਸਾਰੇ ਠੀਕ ਠਾਕ ਹੋਵੋਗੇ ਬੈਠੇ ਹਾਂ ਜੀ ਲੌਂਗੋਵਾਲ ਬੱਕਰਾ ਮੰਡੀ ਦੇ ਵਿੱਚ ਮੰਡੀ ਵਿਸੜ ਗਈ ਸ਼ਾਮ ਦਾ ਟਾਈਮ ਆ ਅਤੇ ਤੁਹਾਡੇ ਲਈ ਇੱਕ ਨਵਾਂ ਪ੍ਰੋਡਕਟ ਲੈ ਕੇ ਆਏ ਗਏ ਪਹਿਲਾਂ ਵੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਇੱਕ ਨਵੀਂ ਦਵਾਈ ਤੁਹਾਡੇ ਰੂਬਰੂ ਕੀਤੀ ਸੀਗੀ ਉਹੀ ਦਵਾਈ ਹੈਗੀ ਕਿਉਂਕਿ ਹੁਣ ਬਾਈ ਜੀ ਟਾਈਮ ਆ ਗਿਆ ਟਾਈਮ ਕਿਵੇਂ ਆ ਗਿਆ ਕਿਉਂਕਿ ਬਾਈ ਜੀ ਮੌਸਮ ਬਦਲ ਚੁੱਕਿਆ ਗਾ ਕਈਆਂ ਨੂੰ ਖੰਘ ਹੋ ਗਈ ਕਈਆਂ ਨੂੰ ਹੋ ਗਈ ਜ਼ੁਕਾਮ ਬੱਕਰੀਆਂ ਨੂੰ ਮੇਮਣਿਆਂ ਨੂੰ ਹੈਂਜੀ ਹੁਣ ਟਾਈਮ ਹੈਗਾ ਆਹ ਦਵਾਈ ਦੇਣ ਦਾ ਠੀਕ ਹੈ ਜੀ ਗੱਲਬਾਤ ਕਰਦੇ ਹਾਂ ਕਿ ਜਗਦੀਪ ਬਾਈ ਦੇ ਨਾਲ ਵੀ ਕੀ ਪ੍ਰੋਸੈਸ ਹੈਗਾ ਨਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਨੇ ਜੀ ਸਾਰਿਆਂ ਨੂੰ ਹੀ ਪਹਿਲਾਂ ਤਾਂ ਜਿੰਨੇ ਵੀਡੀਓ ਦੇਖਦੇ ਆ ਸੱਜਣ ਸਾਰੇ ਧੰਨਵਾਦ ਜੀ ਹਾਂਜੀ ਅਤੇ ਗੱਲ ਇਹ ਹੈ ਜੀ ਵੀ ਦੇਖੋ ਜਿਵੇਂ ਆਪਾਂ ਹੁਣ ਸਰਦੀਆਂ ਦਾ ਜਿਹੜਾ ਮੌਸਮ ਹੈ ਜਿਹੜਾ ਮੌਸਮ ਬਦਲ ਰਿਹਾ ਹਾਂਜੀ ਇਹਦੇ ਵਿੱਚ ਜਿਵੇਂ ਪਸ਼ੂਆਂ ਨੂੰ ਪ੍ਰੋਬਲਮ ਆਉਂਦੀ ਹੈਗੀ ਖੰਘ ਦੀ ਜ਼ੁਕਾਮ ਦੀ ਭੁੱਖ ਘੱਟ ਲੱਗਦੀ ਆ ਲੂਜ ਮੋਸ਼ਨ ਲੱਗਦੇ ਆ ਬਹੁਤ ਸਾਰੀਆਂ ਸਮੱਸਿਆ ਆਉਂਦੀਆਂ ਨੇਗੀਆਂ ਠੀਕ ਆ ਤਾਂ ਇਹ ਜਦੋਂ ਖੰਘ ਲੱਗ ਗਈ ਜਾਂ ਜ਼ੁਕਾਮ ਲੱਗ ਗਿਆ ਉਹਨੂੰ ਆਪਾਂ ਨੋਰਮਲੀ ਖਾਂਸੀ ਸਮਝ ਲੈਣਾ ਤਿੰਨ ਚਾਰ ਦਿਨ ਉਹਨੂੰ ਰੈਗੂਲਰ ਆਪਾਂ ਮਤਲਬ ਕਿ ਗੌਲਦੇ ਨਹੀਂ ਹੈਗੇ ਸਹੀ ਗੱਲ ਹੈ ਤਾਂ ਉਹ ਖਾਂਸੀ ਤੋਂ ਜ਼ੁਕਾਮ ਇਨਫੈਕਸ਼ਨ ਗੁਰਦੇ ਜਦੋਂ ਸਾਹ ਆਉਣ ਹਟ ਜਾਂਦਾ ਪਸ਼ੂ ਨੂੰ ਹਾਂਜੀ ਤਾਂ ਜਿਹੜੀ ਉਹਦੀ ਸੈਚੁਏਸ਼ਨ ਆ ਉਹ ਡਾਊਨ ਹੋ ਜਾਂਦੀ ਆ ਠੀਕ ਹੈ ਜੀ ਜਿਹਦੇ ਨਾਲ ਉਹਨੂੰ ਸਾਹ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਆਉਂਦੀ ਆ ਠੀਕ ਤਾਂ ਖੰਘ ਤੋਂ ਹੀ ਪੀ ਪੀ ਆਰ ਬਣਦੀ ਹੈ ਜ਼ੁਕਾਮ ਤੋਂ ਵੀ ਪੀ ਪੀ ਆਰ ਬਣਦੀ ਆ ਠੀਕ ਆ ਪੀ ਪੀ ਆਰ ਇਹ ਨਹੀਂ ਹੈਗੀ ਕੋਈ ਤੁਹਾਡੇ ਪਸ਼ੂ ਨੂੰ ਕਦੇ ਵੀ ਡਾਇਰੈਕਟ ਪੀ ਪੀ ਆਰ ਨਹੀਂ ਆਊਗੀ ਠੀਕ ਆ ਪੀ ਪੀ ਆਰ ਜਦੋਂ ਅੰਦਰ ਨਮੂਨੀਆ ਵਿਗੜ ਜਾਂਦਾ ਉਦੋਂ ਬਾਅਦ ਹੈ ਜਿਹੜੀ ਉਹਦੀ ਪੀ ਪੀ ਆਰ ਦੀ ਸਿਚੁਏਸ਼ਨ ਆਉਂਦੀ ਹੈ ਠੀਕ ਹੈ ਜੀ ਨਿੱਕੀ ਪ੍ਰੋਬਲਮ ਨਹੀਂ ਹੈਗੀ ਯਾਨੀ ਨਿੱਕੀ ਪ੍ਰੋਬਲਮ ਨਹੀਂ ਜਦੋਂ ਪੀ ਪੀ ਆਰ ਆ ਗਈ ਫਿਰ ਤੁਹਾਡਾ ਪਸ਼ੂ ਜਿਹੜਾ ਬਚਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਠੀਕ ਮੈਂ ਇੱਕੋ ਹੀ ਗੱਲ ਕਹਿਣਾ ਹੁੰਦਾ ਦੇਖੋ ਵੀ ਟੀਕੇ ਕਰਨ ਤੋਂ ਤੁਸੀਂ ਬਚੋ ਠੀਕ ਜਿੰਨਾ ਤੁਸੀਂ ਟੀਕਾ ਕਰਨ ਤੋਂ ਬਚ ਜਾਓਗੇ ਓਨੇ ਹੀ ਤੁਸੀਂ ਆਪਣੇ ਪਸ਼ੂਆਂ ਦਾ ਅਤੇ ਆਪਣੇ ਪੈਸੇ ਨੂੰ ਬਚਾ ਸਕਦੇ ਸਹੀ ਗੱਲ ਬੱਕਰੀ ਪਾਲਣ ਦੇ ਵਿੱਚੋਂ ਨਫ਼ਾ ਲੈ ਸਕਦੇ ਹੋ ਠੀਕ ਹੈ ਨਾ ਉਸੇ ਤਰ੍ਹਾਂ ਹੁਣ ਜਿਵੇਂ ਜਿਹੜਾ ਆਹ ਆਪਾਂ ਇੱਕ ਖੰਘ ਦਾ ਪ੍ਰੋਡਕਟ ਤਿਆਰ ਕਰਿਆ ਠੀਕ ਹੈ ਵੀਡੀਓ ਵੀ ਆਈ ਹੋਈ ਹੈ ਕਿਸੇ ਵੀ ਸੱਜਣ ਨੇ ਅੱਜ ਆਹ ਦੇਖੋ ਮੰਡੀ ਦੇ ਉੱਤੋਂ ਘੱਟੋ ਘੱਟ ਮੈਨੂੰ ਲੱਗਦਾ ਵੀ 20-25 ਸੱਜਣ ਇਹ ਜਿਹੜੀ ਦਵਾਈ ਲੈ ਕੇ ਗਏ ਨੇ ਠੀਕ ਹੈ ਜੀ ਇਹ ਦਵਾਈ ਐਡੀ ਕੁ ਘੈਂਟ ਦਵਾਈ ਬਣਾਈ ਹੈ ਇਹਨੂੰ 6-7 ਮਹੀਨੇ ਸਾਨੂੰ ਬਣਾਉਣ 'ਤੇ ਲੱਗ ਗਏ ਠੀਕ ਆ ਕਿਉਂਕਿ ਪਸ਼ੂਆਂ ਦਾ ਕੰਮ ਹੈ ਬਾਈ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਆ ਹਾਂ ਬੜੇ ਲੋਕ ਤਾਂ ਇਹਨੂੰ ਕਹਿਣਗੇ ਯਾਰ ਵੀ ਇੱਕ ਇਹਨਾਂ ਨੇ ਪੈਸਾ ਕਮਾਉਣ ਦਾ ਸੋਰਸ ਬਣਾ ਲਿਆ ਜੀ ਐਂ ਬਣਾ ਲਿਆ 6 ਮਹੀਨਿਆਂ ਦੇ ਵਿੱਚ ਇਹ ਦਵਾਈ ਹੈ ਜਿਹੜੀ ਅਸੀਂ ਤਿਆਰ ਕੀਤੀ ਆ ਠੀਕ ਆ ਜੀ ਬੱਕਰੀ ਨੂੰ ਬਾਅਦ 'ਚ ਦਿਓ ਪਹਿਲਾਂ ਤੁਸੀਂ ਆਪ ਪੀ ਕੇ ਦੇਖੋ ਇਹ ਆਹ ਦੇਖੋ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਹ ਪੀ ਕੇ ਦਿਖਾ ਰਿਹਾ ਠੀਕ ਹੈ ਜੀ ਕਿੰਨਾ ਟਾਈਮ ਖਰਾਬ ਨਹੀਂ ਹੁੰਦੀ ਜੀ ਇਹ ਦਵਾਈ ਇਹ ਜਿਹੜੀ ਦਵਾਈ ਹੈਗੀ ਜੀ ਇਹਨੂੰ ਜਿੰਨਾ ਟਾਈਮ ਮਰਜ਼ੀ ਰੱਖੋ ਨੋਰਮਲੀ ਰੂਮ ਟੈਂਪਰੇਚਰ 'ਤੇ ਰੱਖੋ ਠੀਕ ਆ ਇਹਨੂੰ ਤੁਸੀਂ 30 ml ਬੱਕਰੀ ਨੂੰ ਦੇਣੀ ਆ 30 ml ਸਵੇਰੇ 10 ਸ਼ਾਮ ਨੂੰ 10 ਅਤੇ ਅਗਲੇ ਦਿਨ ਫਿਰ 10 ਠੀਕ ਹੈ ਵੱਡੀ ਬੱਕਰੀ ਨੂੰ ਹਾਂ ਬੱਕਰੀ ਨੂੰ ਭੁੱਖ ਨਾ ਲੱਗਦੀ ਹੋਵੇ ਕੁੱਖ ਨਾ ਕੱਢਦੀ ਹੋਵੇ ਬੱਕਰੀ ਤੁਹਾਡੀ ਚਾਰਾ ਨਾ ਕਰਦੀ ਹੋਵੇ ਬੱਕਰੀ ਤੁਹਾਡੀ ਜ਼ੁਕਾਮ ਨਾਲ ਪੀੜਤ ਆ ਠੀਕ ਆ ਬੱਕਰੀ ਤੁਹਾਡੀ ਖੰਘ ਨਾਲ ਪੀੜਤ ਆ 101% ਗਰੰਟੀ ਆ ਇੱਕੋ ਹੀ ਗਰੰਟੀ ਹੈਗੀ ਵੀ ਜਿਹਨੂੰ ਦਵਾਈ ਕੰਮ ਨਾ ਕਰੀ ਉਹ ਭਾਈ ਆਪਦੇ ਪੈਸੇ ਲੈ ਜਾਓ ਪੈਸੇ ਲੈ ਜੇ ਪੈਸਿਆਂ ਦੀ ਨੀ ਹੁਣ ਫਾਰਮਰ ਦੀ ਕੀ ਕਮਾਈ ਹੁੰਦੀ ਆ ਬਾਈ ਬੱਚੇ ਬੱਚੇ ਠੀਕ ਆ ਜੇ ਫਾਰਮਰ ਦੇ ਹੁਣ ਬੱਚਿਆਂ ਨੂੰ ਇਹ ਨੁਕਸਾਨ ਹੋ ਗਿਆ ਬੱਕਰੀ ਨੇ ਤਾਂ ਬਾਈ ਕਮਾਈ ਕੀ ਦੇਣੀ ਆ ਬੱਚਿਆਂ ਦੀ ਕਮਾਈ ਫਾਰਮਰ ਕਾਮਯਾਬ ਕਿੱਥੋਂ ਹੁੰਦਾ ਬੱਚਿਆਂ ਤੋਂ ਜਦੋਂ ਹੁਣ ਦੇਖੋ ਬਈ ਇਹਨੂੰ ਮੇਜਰ ਪ੍ਰੋਬਲਮ ਸਮਝੋ ਇਹ ਨੋਰਮਲ ਪ੍ਰੋਬਲਮ ਨਹੀਂ ਹੈਗੀ ਆਪਾਂ ਕਹਿ ਦਿੰਦੇ ਹਾਂ ਵੀ ਚਲੋ 2 ਦਿਨ ਖਾਂਸੀ ਹੋ ਗਈ ਜੀ ਚਲੋ ਸਰ ਗਿਆ ਜੀ 1 ਦਿਨ ਖਾਂਸੀ ਹੋ ਗਈ ਜੀ ਕਿਉਂ ਹਰੇਕ ਹੁਣ ਜਿੰਨੇ ਜ਼ਿਮੀਂਦਾਰ ਮੇਰੇ ਵੀਰ ਨੇ ਉਹ ਹਰ ਇੱਕ ਬੀਜੀ ਨੇ ਬੀਜੀ ਲਾਈਫ ਇੰਨੀ ਹੋ ਗਈ ਕਿ ਬਹੁਤ ਜ਼ਿਆਦਾ ਫਾਰਮ ਦੇ ਵਿੱਚ ਚਲੋ ਆਪਣੇ ਉਹਨਾਂ ਦੇ ਰੱਖੇ ਹੋਏ ਨੇ ਕਿ ਬੰਦੇ ਕਰਦੇ ਨੇ ਆਪਦੇ ਕੰਮ ਕਰਦੇ ਨੇ ਕਿ ਉਦੋਂ ਬਾਅਦ ਫਾਰਮਰ ਦਾ ਹੱਕ ਬਣਦਾ ਆਪਦਾ ਗੇੜਾ ਦੇ ਕੇ ਫਾਰਮ ਨੂੰ ਦੇਖਣਾ ਸਹੀ ਗੱਲ ਹੈ ਜਦੋਂ ਫਾਰਮ ਨੂੰ ਆਪਾਂ ਦੇਖ ਕੇ ਇਹ ਦਵਾਈ ਆਪਾਂ ਉਹਨਾਂ ਨੂੰ ਦੇਵਾਂਗੇ ਇਹ ਤੁਹਾਨੂੰ ਰਿਜ਼ਲਟ ਦਊਗੀ 1-2 ਦਿਨਾਂ 'ਚ ਤੁਹਾਨੂੰ ਆਪਣੇ ਆਪ ਨਾਲ ਤਾਂ ਬੱਚਾ ਦੱਸੂਗਾ ਠੀਕ ਆ ਵੀ ਭੁੱਖ ਕਿਵੇਂ ਲੱਗਦੀ ਆ ਠੀਕ ਆ ਜੀ ਅਤੇ ਨਾਲੇ ਹੁਣ ਜਿਵੇਂ ਖੰਘ ਜ਼ੁਕਾਮ ਹਜੇ ਤਾਂ ਜਿਹੜਾ ਇਹ ਟੈਂਪਰੇਚਰ ਆ ਨਾ ਇਹ ਨੋਰਮਲ ਆ ਬਾਈ ਸਹੀ ਗੱਲ ਆ ਨਾ ਹਜੇ ਹੁਣ ਇਹ ਦਵਾਈ ਦੀ ਐਂ ਸਮਝ ਲਓ ਵੀ ਇਹਦਾ ਸਮਾਂ ਆ ਗਿਆ ਆ ਗਿਆ ਜੇ ਆਪਾਂ ਹੁਣ ਜੀਰੀ 'ਤੇ ਸਪਰੇਅ ਕਰਦੇ ਹਾਂ ਬਿਮਾਰੀ ਆਈ ਤੋਂ ਬਾਅਦ ਸਪਰੇਅ ਕਰਦੇ ਹਾਂ ਉਹ ਕਾਮਯਾਬ ਨਹੀਂ ਹੁੰਦੀ ਕਾਮਯਾਬ ਨਹੀਂ ਹੁੰਦੀ ਜੇ ਬਿਮਾਰੀ ਆਉਣ ਦੀ ਆਪਾਂ ਵੇਟ ਕਰਾਂਗੇ ਕਿਸੇ ਵੀ ਫਾਰਮਰ ਨੂੰ ਮੈਂ ਕਹਿਣਾ ਬਿਮਾਰੀ ਆਉਣ ਦੀ ਵੇਟ ਨਾ ਕਰੋ ਠੀਕ ਆ ਜੀ ਇਹਨੂੰ ਬਿਮਾਰੀ ਆਉਣ ਤੋਂ ਪਹਿਲਾਂ ਇਹ ਦਵਾਈ ਸਟਾਰਟ ਕਰ ਦਿਓ ਠੀਕ ਆ ਜੀ
एक तो टीकाकरण तो बचता ही अपनी टीकाकरण नहीं आपां नूं करना पऊगा। नंबर दो ते सोडे बच्चियां दी जिहड़ी ग्रोथ आ उह सानूं ऐटोमैटिकली दसूगी। नंबर तीन बई ये आपां लाइव वीडियो चल रही है आपां दस रहे हां भी जे सोडे दवाई ने नहीं कोई रिजल्ट दिता सानूं नहीं इहदा कोई सानूं पता लग्गिया भी इहदा रिजल्ट की आ आपां पैसे आपां वापस कर सकदे हां। ठीक है जी, ये साड़ी 101 गरंटी आ। ये नहीं है भी कोई उई अगला कह दिया भी ये है कि आली बकरी नहीं आप भी इनू पी सकते हैं। ये इन चीज़ा मिलाईया ने कि बंदा कदे सोच भी नहीं सकता। जे आप हूँ किसी के बच्चे ये देन तो पहला असी अपने फार्मा के रिजल्ट देखा फिर असी हूँ अगे ये सप्लाई करी आ 101% सानू रिजल्ट मिलया भी आ जिहड़ी पबलिक आ पाली वीर ने होर उन्होंने हंगारा भी दिता बहुत लैके कहने आ हुण भी मंडी दे विचों डेली मंगू भी तां 22 तों 20 30 सीसियां दा 22 तों बिक गईयां जिहड़ियां उधर मेरे कोलों जिहड़ियां नूं पता भी नहीं भी मेरे कोलों किन्नियां बिक गईयां। फिर होर आ बई हुण किन्ने अपने टैपी स्टड फार्म वाले ने मुल्लापुर बाबे दी मंडी ते तुसीं उहदा बकरा देखी आ टैपी स्टड फार्म दा उह रंधावा फीड नाल तैयार होया। सही गल है, यह हकीकत आ। खुद बाबा जी जिहड़ा उहदा चार मेलियां दा बच्चा चैंपियन उहनूं खुद रंधावा फीड पा रहे ने। ठीक है जी, मुल्लापुर वाले बाबा जी खुद मंडी ते भी तुसीं फीड लै सकदे हो रंधावा फीड उत्थे सेल हुंदी आ। ठीक है जी, ਪਟਾਕੇ ਜਾਨੀ ਕਿ ਇੰਨੇ ਵਧੀਆ ਪ੍ਰੋਡਕਟ ਨੇ, ਵਧੀਆ ਪ੍ਰੋਡਕਟ ਹੈ, ਸਾਫ ਸੁਥਰਾ ਪ੍ਰੋਡਕਟ ਹੈ। ਅਸੀਂ ਆਪਦੇ ਮੂੰਹੋਂ ਨਹੀਂ ਕਹਿ ਰਹੇ, ਇਹ ਸਾਨੂੰ ਪਬਲਿਕ ਦਾ ਹੰਗਾਰਾ। ਠੀਕ ਹੈ ਜੀ, ਇਹ ਅਸੀਂ ਪਬਲਿਕ ਦੇ ਨਾਲ ਹੈ, ਅਸੀਂ ਜਿੰਨੀ ਸਾਨੂੰ ਪਬਲਿਕ ਨੇ ਸਾਨੂੰ ਸਾਥ ਦਿੱਤਾ ਉਨੀ ਅਸੀਂ ਵੀ ਉਹਨੂੰ ਦਵਾਈ ਦਾ ਰਿਜ਼ਲਟ ਦੇ ਕੇ ਦਿੱਤਾ। ਠੀਕ ਹੈ ਜੀ, ਨੰਬਰ 1 ਇਹ ਦਵਾਈ ਹਰੇਕ ਮੰਡੀ ਤੋਂ ਵੀਰੇ ਤੁਸੀਂ ਮੇਰੇ ਤੋਂ ਵੀ ਲੈ ਸਕਦੇ ਹੋ। ਠੀਕ ਹੈ ਜੀ, ਹਾਂ ਬਿਲਕੁਲ, ਕੋਈ ਵੀ ਮੁੱਲਾਪੁਰ ਮੰਡੀ 22 ਮੇਜਰ ਹੈ, ਦੇਖੋ ਹੁਣ ਕੌਣ ਨਹੀਂ ਜਾਣਦਾ ਮੇਜਰ ਨੂੰ। ਜਿੰਨੇ ਵੀ ਮੰਡੀਆਂ ਦੇ ਸੱਜਣ ਆਉਂਦੇ ਆ ਮੈਨੂੰ ਬੱਕਰੀ ਬਾਲਕ ਬਹੁਤ ਕਹਿੰਦੇ ਆ, ਕਿਉਂਕਿ ਤੁੰਗਲੀ ਮੇਥੋਂ ਘੱਟ ਜਾਇਆ ਜਾਂਦਾ ਮੇਜਰ ਬਾਈ ਜਾਂਦਾ। ਠੀਕ ਹੈ ਜੀ, ਤਾਂ ਜਿਹੜੇ ਉੱਧਰਲੀ ਬੈਲਟ ਦੇ ਸੱਜਣ ਨੇ ਤੁੰਗਲੀ ਆਉਂਦੇ ਆ ਜਾਂ ਮੁੱਲਾਪੁਰ ਆਉਂਦੇ ਆ ਉਹ ਤੁਸੀਂ ਮੇਜਰ ਬਾਈ ਤੋਂ ਖੰਘ ਵਾਲੀ ਰੰਧਾਵਾ ਜਿਹੜੀ ਦਵਾਈ ਆ ਉਹ ਲੈ ਸਕਦੇ ਹੋ। ਮੇਜਰ ਬਾਈ ਨੂੰ ਪਹਿਲਾਂ ਆਰਡਰ ਲਿਖਾ ਦਿਆ ਕਰੋ ਵੀ ਕਿੰਨੀ ਕਿੰਨੀ ਲੈ ਕੇ ਆਉਣੀ ਆ। ਠੀਕ ਹੈ ਜੀ, ਵੈਸੇ ਇਹਦੇ ਕੋਲ 200-300 ਸੀਸੀ ਆ ਜਿਹੜੀ ਉਹ ਅਸੀਂ ਦੇ ਕੇ ਤੋਰਦੇ ਹਾਂ। ਠੀਕ ਹੈ, ਠੀਕ ਹੈ, ਕਿਉਂਕਿ ਇਸ ਲਈ ਤੁਸੀਂ ਇਹ ਦਵਾਈ ਲੌਂਗੋਵਾਲ ਮੰਡੀ ਤੋਂ ਕਿਸੇ ਵੀ ਮੰਡੀ ਤੋਂ ਲੈ ਸਕਦੇ ਹੋ ਜਾਂ ਮੈਨੂੰ ਕੰਟੈਕਟ ਕਰੋ ਜਾਂ ਮੇਜਰ ਬਾਈ ਨੂੰ ਕੰਟੈਕਟ। ਠੀਕ ਹੈ ਜੀ, ਠੀਕ ਹੈ ਜੀ, ਲਓ ਨੰਬਰ ਨੋਟ ਕਰ ਲਓ ਜੀ 9768 ਜੀ 65340 9768 65340। ਬਾਈ ਦਾ ਨੰਬਰ ਤਾਂ ਸਕਰੀਨ ਦੇ ਉੱਤੇ ਮੇਰਾ ਵੀ ਅਤੇ ਬਾਈ ਦਾ ਤਾਂ ਚੱਲਦਾ ਹੀ ਹੁੰਦਾ, ਜਦੋਂ ਮਰਜ਼ੀ ਤੁਸੀਂ ਨੋਟ ਕਰੋ। ਬਾਕੀ ਵੀਡੀਓ ਦੇਖਣ ਵਾਲੇ ਵੀਰਾਂ ਨੂੰ ਹੱਥ ਬੰਨ ਕੇ ਸਤਿ ਸ਼੍ਰੀ ਅਕਾਲ, ਧੰਨਵਾਦ। ਬਾਕੀ ਬਾਈ ਤੁਹਾਡੇ ਸਮੇਂ ਤੁਹਾਡੇ ਨਾਲ ਹੀ ਅਸੀਂ ਹਾਂ ਅਤੇ ਬਾਕੀ ਬਾਈ ਬੋਲਣਗੇ ਹੁਣ ਦੋ ਲੱਭ ਜਾਓ। ਦੱਸੋ ਪਹਿਲਾਂ ਕਿਵੇਂ ਆ ਟੇਸਟ ਪੀ ਕੇ, ਪੀਣ 'ਚ ਤਾਂ ਬਾਈ ਇਹ ਲੈ ਓਕੇ ਦੀ ਰਿਪੋਰਟ ਆ ਬਾਈ, ਓਕੇ ਦੀ ਰਿਪੋਰਟ ਆ। ਟੇਸਟ ਤਾਂ ਬਾਈ ਯਾਰ ਕੋਕਾ ਉੱਧਰੋਂ ਵੀ ਜਿਵੇਂ ਹੁਣ ਆਪਾਂ ਇਹ ਪੀਤੀ ਆ, ਹਾਂਜੀ, ਤੁਹਾਨੂੰ ਪੀਣ ਸਾਰ ਨਾ ਜਿਵੇਂ ਗਲੇ ਦੇ ਵਿੱਚ ਹੁਣ ਆਪਣੇ ਗੜਬੜਾਂ ਚੱਲਦੀਆਂ ਨੇ, ਹਾਂਜੀ, ਹੁਣ ਮੌਸਮ ਚੇਂਜ ਹੋ ਰਿਹਾ, ਤੁਸੀਂ ਪੀਵੋਗੇ ਨਾ ਤੁਹਾਨੂੰ 2 ਮਿੰਟਾਂ ਦੇ ਬਾਅਦ ਗਲਾ ਦੱਸੂਗਾ। ਪਹਿਲਾਂ ਆਪ ਪੀਓ ਫਿਰ ਬੱਕਰੀ ਨੂੰ ਦਿਓ। ਲਓ ਜੀ ਬਾਈ ਜੀ, ਇੱਕ ਵਾਰ ਦਵਾਈ ਲੈ ਕੇ ਵਰਤ ਕੇ ਸਾਨੂੰ ਕਮੈਂਟ ਕਰਕੇ ਦੱਸੋ ਵੀ ਤੁਹਾਨੂੰ ਇਹ ਦਵਾਈ ਕਿਵੇਂ ਲੱਗੀ ਨਾ ਬਾਈ ਜੀ, ਕੁਆਲਿਟੀ 1 ਨੰਬਰ ਰਹੂਗੀ, ਜੇ ਰਿਜ਼ਲਟ ਨਾ ਆਇਆ ਤਾਂ ਪੈਸੇ ਵਾਪਸ, ਇੰਨੀ ਗਰੰਟੀ ਆ ਬਾਈ ਜੀ। ਇੱਕ ਵਾਰੀ ਫੇਰ ਜੀ ਕਿਸੇ ਵੀ ਵੀਰ ਨੇ ਕਿਸੇ ਵੀ ਮੰਡੀ ਤੋਂ ਲੈਣੀ ਹੋਵੇ ਬਾਈ ਮੇਜਰ ਨਾਲ ਸੰਪਰਕ ਕਰੋ, ਹਾਂਜੀ, ਨਹੀਂ ਲੌਂਗੋਵਾਲ ਮੰਡੀ 'ਤੇ ਜਿਹੜੇ ਸੱਜਣ ਆਉਂਦੇ ਉਹ ਲਿਜਾ ਸਕਦੇ। ਲਓ ਜੀ ਬਾਈ ਜੀ, ਕਰ ਲਓ ਸੰਪਰਕ, ਸਕਰੀਨ 'ਤੇ ਨੰਬਰ ਹੈਗੇ ਨੇ ਬਾਈ ਜੀ। ਧੰਨਵਾਦ, ਧੰਨਵਾਦ।